ਸੁਣੋ ਜ਼ਰਾ ਧਿਆਨ ਨਾਲ, ਮੇਰੇ ਨਬੀ ਨੇ ਜੁਰਮ ਨਾਲ ਨਫ਼ਰਤ ਨਹੀਂ ਕੀਤੀ। ਜਿਹੜੇ ਬੰਦੇ ਨੇ ਜੁਰਮ ਕੀਤਾ ਹੋਵੇ, ਆਪ ਨੇ ਉਹਦੇ ਸਾਹਮਣੇ ਉਸ ਜੁਰਮ ਦੀ ਨਵੀਂ ਬਧਾਈ ਦੀ ਰੱਦ ਕੀਤਾ ਕਿ ਬੇਟਾ ਐਸੇ ਨਹੀਂ ਐਸੇ। ਮੇਰੇ ਨਬੀ ਨੇ ਜੁਰਮ ਨਾਲ ਨਫ਼ਰਤ ਉਦੋਂ ਕੀਤੀ ਹੈ ਜਦੋਂ ਜੁਰਮ ਕਰਨ ਵਾਲਾ ਦੁਨੀਆਂ ਤੋਂ ਚਲੇ ਗਿਆ ਹੈ, ਆਪ ਉਹਦਾ ਘਰ ਨਹੀਂ ਛੱਡਿਆ। ਜਦੋਂ ਦੁਨੀਆਂ ਤੋਂ ਗਿਆ ਹੈ ਉਦੋਂ ਕਿਹਾ ਹੈ ਕਿ ਅੱਲਾਹ ਦਾ ਮਾਮਲਾ ਹੈ, ਅੱਲਾਹ ਜਾਣੇ ਤੇ ਜਾਣੇ। ਜਦੋਂ ਤੱਕ ਬੰਦਾ ਬੁਰਾਈ ਕਰਦਾ ਰਹੇ, ਮੇਰੇ ਨਬੀ ਨੇ ਕਿਹਾ ਆਖਰੀ ਦਮ ਤੱਕ ਉਹਦੇ 'ਤੇ ਮਿਹਨਤ ਕਰੋ ਕਿ ਉਹ ਅੱਛਾਈ ਦੀ ਤਰਫ ਆ ਜਾ। ਅਸੀਂ ਇੱਕ ਬੰਦਾ ਗੁਨਾਹ ਕਰ ਲਿਆ ਸੀ, ਉਹ ਤੋਂ ਨਫ਼ਰਤ। ਨਬੀ ਪਾਣੇ ਬੋਲੋ ਬੁਰਾਈ ਤੋਂ ਨਫ਼ਰਤ। ਆਪ ਬੁਰੇ ਬੰਦੇ ਦੇ ਘਰ ਗਏ ਨੇ, ਉਹਨੂੰ ਜਾ ਕੇ ਦਾਵਤ ਦਿੱਤੀ। ਅਸੀਂ ਬੁਰੇ ਬੰਦੇ ਦੇ ਕੋਲ ਬਹਿੰਦੇ ਜੀ, ਅਸੀਂ ਪੰਜ ਬਲਕਿ ਮੈਂ ਕਈ ਪਾਕਿਸਤਾਨ ਦੇ ਨਮਾਜ਼ੀ ਵੇਖੇ ਨੇ, ਕਾਰੀ ਸਾਹਿਬ, ਬੁਰੇ ਬੰਦੇ ਬਾਹਰ ਬੈਠੇ ਹੁੰਦੇ ਨੇ, ਤਾਸ਼ ਖੇਡਦੇ ਜਾਂ ਕੋਈ ਭੰਗ ਪੀਂਦੇ, ਅਤੇ ਉੱਥੋਂ ਲਾਗੋ ਲੰਘਣਗੇ। ਇਹ ਲਾਹੌਰ ਕਦ ਨਹੀਂ ਪੜਿਆ ਤੂੰ? ਪਰ ਚੱਲਿਆ ਨਬੀ ਸਾਰੀ ਦੁਨੀਆ ਨਾਲੋਂ ਪਾਕ ਹੁੰਦੇ ਨੇ, ਅਤੇ ਅੱਲਾਹ ਨੇ ਉਹਨਾਂ ਨੂੰ ਕਿਹਾ ਕਿ ਬੁਰਾਈ ਦੇ ਕੋਲ ਜਾ ਕੇ ਉਹਨਾਂ ਨੂੰ ਸਿੱਧੇ ਰਸਤੇ 'ਤੇ ਲਿਆਉਣਾ, ਨਹੀਂ ਤਾਂ ਨਬੀ ਤਾਂ ਇੱਕ ਹੁਜਰੇ 'ਚ ਹੀ ਬਹਿ ਰਹੀ। ਅੱਜ ਪਹਿਲੇ ਵਕਤ ਸੀ, ਸਾਡੇ ਮੌਲਵੀਆਂ ਨੂੰ ਕੁਛ ਸੁਣਦਾ ਨਹੀਂ ਸੀ, ਹੁਣ ਸਾਨੂੰ ਲੋਕ ਬੁਲਾਉਂਦੇ ਨੇ, ਅਸੀਂ ਜਾਂਦੇ ਨਹੀਂ। ਸਾਡੇ ਮੌਲਵੀ ਬੜੇ ਉਤਰੇ ਨੇ, ਕਹਿੰਦੇ ਕਿਉਂ ਜਾਏ? ਉਹ ਨਬੀ ਤਾਂ ਕੋਲ ਜਾਣ ਹਰ ਬੰਦੇ ਕੋਲ, ਅਤੇ ਅਸੀਂ ਅੱਜ ਜਨਾਬੇ ਵਾਲਾ ਕਹੀ ਅਸੀਂ ਫਲਾਣੇ 'ਚ ਨਹੀਂ ਜਾਣਾ, ਫਲਾਣੇ 'ਚ ਨਹੀਂ ਜਾਣਾ। ਮੈਂ ਤੁਹਾਨੂੰ ਦਾਵਤ ਦੇਣਾ ਮੇਰੇ ਬੱਚੋ, ਮੇਰੇ ਦੋਸਤੋ, ਮੇਰੇ ਬਜ਼ੁਰਗੋ, ਬੁਰਾਈ ਸੇ ਨਫ਼ਰਤ ਕਰਨੀ ਹੈ, ਬੁਰਾਈ ਕਰਨੇ ਵਾਲੇ ਸੇ ਨਫ਼ਰਤ ਨਹੀਂ ਕਰਨੀ, ਕਿਉਂਕਿ ਉਹ ਇਨਸਾਨ ਹੈ। ਨਬੀ ਪਾਕ ਦਾ ਕਲਮਾ ਪੜਿਆ ਵੇ, ਇੱਕ ਨਾ ਇੱਕ ਦਿਨ ਉਹਦੀ ਬੁਰਾਈ ਮੁੱਕ ਸਕਦੀ ਹੈ। ਮੇਰੇ ਵੀਰਾ, ਤੂੰ ਉਹਦੇ ਨਾਲ ਪਿਆਰ ਕਰਿਆ ਕਰ, ਉਹਨੂੰ ਕਰੀਬ ਲਿਆਇਆ ਕਰ, ਉਹਨੂੰ ਅੱਛਾ ਬਈ, ਗੁਲਾਬ ਦਾ ਫੁੱਲ ਕਿੱਡਾ ਸੋਹਣਾ ਹੁੰਦਾ, ਗੁਲਾਬ ਦਾ ਫੁੱਲ। ਅਤੇ ਜੇ ਉਹ ਆਖੇ ਵੀ ਮੈਂ ਕੰਡੇ ਦੇ ਨਾਲ ਨਹੀਂ ਰਹਿਣਾ, ਅਤੇ ਉਹਦੇ 'ਚ ਖੁਸ਼ਬੂ ਆ ਸਕਦੀ? ਦਾਣਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਮਿਟਾ ਦਿਓ ਆਪਣੀ ਅਸਤੀ ਕੋ, ਅਗਰ ਕੁਛ ਮਰਤਬਾ ਚਾਹਤੇ ਹੋ, ਦਾਣਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਅਸੀਂ ਕੀ ਮਿਟਾਇਆ ਆਪਣੇ ਅੱਗੇ ਗੱਲੀ ਬਾਤ? ਅੱਲਾ ਜਾਣਦਾ ਢੀਠ ਮਿੱਟੀ ਲੱਗੀ ਹੈ ਸਾਨੂੰ, ਹਰ ਵੇਲੇ ਅੱਲੀ ਜਾਣਦਾ ਲੋਕਾਂ ਦੀਆਂ ਅਸੀਂ ਗਲਤੀਆਂ ਵੇਖਦੇ ਹਾਂ। ਅੱਜ ਮੈਂ ਤੇ ਬਹਾਲਪੁਰ ਚ ਦੱਸਣਾ ਵੇ, ਮੇਰੇ ਨਬੀ ਨੇ ਬੁਰਾਈ ਨਾਲ ਨਫ਼ਰਤ ਕੀਤੀ ਹੈ, ਬੁਰਾਈ ਕਰਨ ਵਾਲੇ ਨਾਲ ਨਹੀਂ। ਆਪਣੇ ਉਹਦੇ ਵਾਸਤੇ ਦੁਆ ਕੀਤੀ ਹੈ, ਸੁਣੋ ਮੇਰਾ ਧਿਆਨ ਨਾਲ। ਮੇਰੇ ਨਬੀ ਨੂੰ ਤੈਫ 'ਚ ਪੱਥਰ ਮਾਰਨ ਵਾਲਿਆਂ ਨੇ ਅਖੀਰ ਕਰ ਦਿੱਤੀ। ਕਮਲੀ ਵਾਲੇ ਨੇ ਫਰਮਾਇਆ ਅੱਲਾਹੁਮਾ ਦੀ ਕੌਮੀ ਫਾਇਨਹੁਮ ਨਾਰ ਯਾਲਮੂਨ। ਐਲਾ ਇਹ ਨਹੀਂ ਜਾਣਦੇ ਮੈਂ ਕੌਣ ਆ, ਪਰ ਇਹਨਾਂ ਦੀਆਂ ਨਸਲਾਂ ਨੂੰ ਵੀ ਹਦਾਇਤ ਦੇ ਦੇਵੀ, ਅਗਰ ਇਹਨਾਂ ਦੀ ਕਿਸਮਤ 'ਚ ਹਦਾਇਤ ਨਹੀਂ। ਬਤਲਾਓ ਬਤਲਾਓ, ਤੈਫ ਕਾ ਵਾਕਿਆ ਬਿਆਨ ਕਰਨੇ ਵਾਲੋ, ਤੁਮੇ ਇਹ ਕਿਉਂ ਨਹੀਂ ਸਮਝ ਆਤੇ? ਜਬ ਤੇਰੇ ਨਬੀ ਨੇ ਤੈਫ ਮੇਂ ਪੱਥਰ ਖਾ ਕੇ ਪੱਥਰ ਮਾਰਨ ਵਾਲੋ ਕੇ ਵਜੂਦ ਸੇ ਨਫ਼ਰਤ ਨਹੀਂ ਕੀ, ਦਲੀਲ ਦੇਣੇ ਲਗਾ ਹੂੰ। ਮੇਰੇ ਨਬੀ ਕੋਲ ਫਰਿਸ਼ਤਾ ਆਇਆ, ਸੋਹਣਿਆ ਇਹਨਾਂ ਦੇ ਵਜੂਦ ਮੈਂ ਚੱਕੀ 'ਚ ਪੀ ਦੇਵਾਂ, ਇੱਧਰੋਂ ਪਹਾੜ ਲਿਆਵਾਂ, ਇੱਧਰੋਂ ਲਿਆਵਾਂ, ਅਤੇ ਮੈਂ ਮਿਲੀਆ ਮੇਟ ਕਰ ਦੇਵਾਂ, ਅਤੇ ਚੱਕੀ ਦੇ ਪੜਾਂ ਦੇ ਵਿੱਚ ਇੰਜ ਕਰਕੇ ਆਪਣਾ ਦੀ ਪੀ ਦੇਵਾਂ। ਆਸਮਾਨ ਦਾ ਰੱਬ ਮੈਨੂੰ ਅਨੁਜ ਤਾਕਤ ਦਿੱਤੀ ਹੋਈ ਹੈ। ਅੱਲਾ ਨੇ ਕਿਹਾ ਤੂੰ ਪਹਾੜਾਂ ਦਾ ਫਰਿਸ਼ਤਾ ਹੈ, ਤੂੰ ਹਵਾ ਦਾ ਫਰਿਸ਼ਤਾ, ਤੂੰ ਫਲਾਂ ਦਾ ਫਰਿਸ਼ਤਾ ਹੈ, ਇਜਾਜ਼ਤ ਦਿਓ ਨਾ। ਨਬੀ ਪਾਕ ਚਾਹਤੇ ਉਹਨਾਂ ਦੇ ਵਜੂਦ ਦੇ ਦੁਸ਼ਮਣ ਸਾਬਤ ਹੁੰਦੇ, ਮੇਰੇ ਨਬੀ ਕਹਿੰਦੇ ਨੇ ਖਤਮ ਕਰ ਦਿਓ। ਆਪ ਫਰਮਾਉਂਦੇ ਨੇ ਨਹੀਂ, ਮੈਂ ਚਾਹੁੰਦਾ ਇਹਨਾਂ ਦੀ ਨਸਲ 'ਚੋਂ ਆਵਾਜ਼ ਆਵੇ, ਅਸ਼ਹਦੁ ਅੱਲਾ
محمد رسول اللہ آپ فرماتے ہیں دی نسل دے وچ آواز آوے اشہد ان محمد رسول اللہ اللہ دے نبی کہندے نے میرا دل کردا ہے انہاں دی نسل بھی میرا کلمہ پڑھے جو کردے نے کرن دا اج دے پال پور دے اندر میں اپیل کراں گا میرے بچوں میرے دوستوں میرے بزرگوں کسے مسجد دا جلسہ ہوے اشتہار تے اشتہار نہیں لاونا اشتہار نہیں پھاڑنا کسے دے فون نہیں کرنا کہ فلانے فرقے دا جلسہ نہیں ہونا چاہیے بندے مر جان گے چلیا تیرا نبی تے پتھر مارن والیاں نوں برداشت پیا کردا ہے تیرے نبی دے اندر کتنی برداشت تیرا نبی انہاں لئی دعا کردا ہے جلسہ ہر مسجد ہر مسلک دا ہون دے اوندے چ سو چوں پنج گلاں وی نہیں اللہ دیاں کرے گا کیوں تم میں عدم برداشت آ گئی جدھر دیکھو اللہ جاندا کسے جک برداشت دا مادہ ہی نہیں رہ گیا برداشت دا مادہ نہیں رہ گیا ہوں سنو ذرا دھیان دے نال میری یہ پہلے تم ہی دھیان نہ سن لاؤ میرے ویرا تم ہی دھیان نہ سن لاؤ احمد مجتبی محمد مصطفیٰ نو ماننے والو سنیا جے ذرا دھیان دے نال امام الانبیاء نو ماننے والو جرم سے نفرت نہیں کرو نہ کرو جرم کرنے والے کے پاس بیٹھو اس کو بولو تیرے جرم سے بھی نفرت ہے مگر تجھ سے نفرت نہیں جب تک تم جرم چھوڑ نہ دو میں تیرے سے محبت کرتا رہوں گا اور جب تم چھوڑ دو گے ڈبل کروں گا اگر نہیں چھوڑو گے تو پھر بھی کروں گا کیونکہ میرے نبی نے کیا ہے جرم کرنا شیطان مگر لگ کے انسانی فطرت غلطی کر لیندا ہے مگر اودے تو باز آ کے معافی منگنا اللہ پاک کہندے مینوں بڑی سونی لگدی ہے اچھا بھی جی اگر وجود نہ نفرت کرنی ہوے پھر جیل والے قیدی نوں روٹی دین اچھی بولو جیل والے قیدی نوں روٹی نہیں دے سکتا اے گورنر ملک دا نمائندہ ہے وزیر اعظم ملک دا نمائندہ ہے سنیا ذرا دھیان نال تے اے کہہ نہیں سکدے بھی اے جرم کردے نے انہاں نوں روٹی بھی نہیں دینی بسترا بھی نہیں دینا انہاں نوں انج ہی مارنا بھائی جب تیرے اسلام میں جیل میں قیدیوں کے حقوق بیان کر دیے ہیں تم کون ہوتے ہو یہاں مجرم کا فیصلہ خود کرنے والا اچھا چلو نیڑے آ جاؤ میں تانوں گل دساں موسیٰ علیہ السلام دے دور دا ایک مجرم وکھاواں اللہ جاندا ایڈا وڈا مجرم ہے موسیٰ علیہ السلام دے دور دا بارش نہیں پیندی لوگ بھوکھے مردے پینے جانور مردے پینے پیاسے پانی نہیں ہے کھیتی باڑی نہیں حضرت موسیٰ علیہ السلام دی قوم عرض کر دی یا نبی اللہ اے موسیٰ کلیم مر گئے اللہ کو دعا کرو اللہ رحمت دی بارش پا دے ساری قوم موسیٰ علیہ السلام دے سامنے آ گئی ہے حضرت موسیٰ علیہ السلام عرض کر دے مولا اپنی رحمت دا میں پا دے آسمان تو آواز آئی موسیٰ ہن دعا نہ کری جب تک اس مجمع چیک گناہ گار بار نہ نکلے مجھے نبی اس سے نفرت ہے جب تک وہ پیر نہ نکلے میں رحمت امی نہیں پانا حضرت موسیٰ نبی اندے بد بختا کنے جانا دا دشمن بنیا باہر نکل جاؤ میرا مالک تیرے نال ناراض اس بندے نے اندر اندر ہی اللہ نال کال ملا لیے ورنہ نو اقرب الی من حبل الوری
سالک عبادی انی پائنی قریب امی عجیب المستر ਕੌਣ ਜਿਹੜਾ ਮਜਬੂਰ ਦੀਆਂ ਸੁਣੇ ਇਹ ਅੰਦਰ ਅੰਦਰ ਹੀ ਕਾਲ ਮੇਲੀ ਸਿੰਧੀ ਵਿੱਚ ਬੋਲੀਆਂ ਪੰਜਾਬੀ ਵਿੱਚ ਬੋਲ ਪਸ਼ਤੋ ਵਿੱਚ ਬੋਲੀਆਂ ਬੰਗਾਲੀ ਵਿੱਚ ਬੋਲ ਇਹ ਨਹੀਂ ਮੈਂ ਕਹਿੰਦਾ ਤੂੰ ਹਿੰਦੀ ਵਿੱਚ ਬੋਲ ਹਿੰਦੀ ਵਾਲੇ ਮੈਨੂੰ ਸਿੰਧੀ ਵਿੱਚ ਬੋਲ ਸਿੰਧੀ ਵਾਲਿਆ ਤੂੰ ਹਿੰਦੀ ਵਿੱਚ ਬੋਲ ਚੀਨੀ ਤੇ ਮਲਾਈ ਤੂੰ ਪੰਜਾਬੀ ਵਿੱਚ ਬੋਲ ਇਹ ਨਹੀਂ ਮੈਂ ਕਹਿੰਦਾ ਅਰਬੀ ਵਿੱਚ ਬੋਲ ਜਿੱਥੋਂ ਦਾ ਤੂੰ ਹੈ ਤੂੰ ਉਹ ਬੋਲੀ ਬੋਲ ਇਹ ਨਹੀਂ ਮੈਂ ਕਹਿੰਦਾ ਲਾਹੌਰ ਵਾਲਿਆ ਠਹਿਰੋ 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 ਲਾਹੌਰ ਵਾਲਿਆ ਤੁਸੀਂ ਪਹਿਲਾਂ ਬੋਲੋ ਪਸ਼ੌਰ ਵਾਲਿਆ ਠਹਿਰੋ 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 ਪਸ਼ੌਰ ਵਾਲਿਆ ਤੁਸੀਂ ਪਹਿਲਾਂ ਬੋਲੋ ਕਸੂਰ ਵਾਲਿਆ ਲੈਣ ਨਾ ਕਤਾਰ ਨਾ ਮੰਗਲ ਐਤਵਾਰ ਲੈਣ ਨਾ ਕਤਾਰ ਨਾ ਮੰਗਲ ਐਤਵਾਰ ਵਾਰੋ ਵਾਰੀ ਨਹੀਂ ਜੇ ਇੱਕ ਵਾਰ ਸੁਣਦਾ ਇੱਕੋ ਅੱਲਾ ਸਭ ਦੇ ਪੁਕਾਰ ਸੁਣਦਾ ਉਹਨੂੰ ਜਦੋਂ ਵੀ ਪੁਕਾਰੋ ਚੱਤੇ ਪੈਰ ਸੁਣਦਾ ਸਦੀਕੀ ਸਾਹਿਬ ਉਹ ਕੈਸਾ ਮੰਜ਼ਰ ਹੋਏਗਾ ਰਬਾਨੀ ਸਾਹਿਬ ਜਦੋਂ ਮਹਿੰਦੀ ਸਾਹਿਬ ਇੰਜ ਕਰਕੇ ਸੀਨੇ ਨਾਲ ਮੁਸਤਫਾ ਕਰੀਮ ਸ਼ਾਨ ਵਾਲੇ ਨਬੀ ਨੇ ਤੈਫ ਵਾਲਿਆਂ ਨੂੰ ਲਾਇਆ ਹੋਏਗਾ ਤੈਫ ਵਾਲਿਆਂ ਪੱਥਰ ਬਾਰੇ ਹੋਣਗੇ ਮੂਸਾ ਨਬੀ ਕਹਿ ਰਹੇ ਨੇ ਯਾ ਅੱਲਾ ਮੀਂਹ ਪੈ ਦੇ ਅੱਲਾ ਕਹਿੰਦਾ ਬਾਹਰ ਨਿਕਲੇ ਬੰਦਾ ਬੰਦਾ ਨਿਕਲਿਆ ਨਹੀਂ ਬੱਦਲ ਆਉਣ ਲੱਗ ਪਏ ਬੱਦਲ ਗੱਜਣ ਲੱਗ ਪਏ ਅਤੇ ਨਬੀ ਦੀਆਂ ਅੱਖਾਂ 'ਚੋਂ ਆਂਸੂ ਵਸਣ ਲੱਗ ਪਏ ਬੱਦਲ ਉੱਧਰ ਗੱਜਣ ਲੱਗ ਪਏ ਇੱਧਰੋਂ ਮੂਸਾ ਨਬੀ ਦੀਆਂ ਅੱਖਾਂ 'ਚੋਂ ਆਂਸੂ ਵਸਣ ਲੱਗ ਪਏ ਐ ਸੋਹਣਿਆ ਨਬੀਆ ਰੋਇਆ ਕਿਉਂ ਏ ਪਾਕ ਨਬੀ ਕਲੀਮ ਲਾਰਜ ਕਰਦੇ ਮੌਲਾ ਲੋਕ ਕਹਿਣਗੇ ਨਬੀ ਨਾ ਮੂਸਾ ਕਲੀਮ ਨੇ ਕਿਹਾ ਸੀ ਬੰਦਾ ਬਾਹਰ ਨਿਕਲੇ ਬੰਦਾ ਨਿਕਲਿਆ ਨੀ ਮੀਂਹ ਕਿਵੇਂ ਆਉਣ ਲੱਗਾ ਮੌਲਾ ਬੰਦਾ ਤੇ ਬਾਹਰ ਨਹੀਂ ਨਿਕਲਿਆ ਤੇ ਮੀਂਹ ਕਿਵੇਂ ਆਉਣ ਲੱਗਾ ਅੱਲਾ ਕਰੀਮ ਨੇ ਫਰਮਾਇਆ ਮੇਰੇ ਮੂਸਾ ਪਿਰ ਮੌਲਾ ਮੈਨੂੰ ਵਿਖਾ ਦੇ ਹਰਮਾ ਉਹਨੇ ਮੇਰੇ ਨਾਲ ਸੁਲਾਹ ਕਰ ਲਈ ਜਿਹਦੀ ਵਜ੍ਹਾ ਤੋਂ ਮੈਂ ਮੀਂਹ ਰੋਕਿਆ ਸੀ ਉਹਨੇ ਮੇਰੇ ਨਾਲ ਸੁਲਾਹ ਕਰ ਲਈ ਮਾਫ਼ੀ ਮੰਗ ਲਈ ਅਤੇ ਅੱਲਾ ਮੈਨੂੰ ਵਿਖਾਈ ਦੇ ਫਰਮਾਇਆ ਮੇਰੇ ਮੂਸਾ ਜਦੋਂ ਮੇਰਾ ਨਹੀਂ ਸੀ ਮੈਂ ਉਦੋਂ ਨਹੀਂ ਦਿਖਾਇਆ ਹੁਣ ਤੇ ਮੇਰਾ ਹੋ ਗਿਆ ਬੋਲੋ ਵਜੂਦ ਨਾਲ ਨਫ਼ਰਤ ਕਰਨੀ ਜਾਂ ਬੁਰਾਈ ਨਾਲ ਕਰਨੀ ਬੁਰਾਈ ਨਾਲ ਉੱਚੀ ਬੋਲੋ ਕਿਹਦੇ ਨਾਲ ਔਰ ਬੁਰਾਈ ਦੇ ਨਾਲ ਵੀ ਜਦ ਤੱਕ ਉਹ ਬੰਦਾ ਬੁਰਾਈ ਕਰਦਾ ਰਿਹਾ ਤੁਸੀਂ ਉਹਦੇ ਨਾਲ ਮੁਹੱਬਤ ਕਰਨੀ ਹੈ ਤਾਂ ਕਿ ਇੱਕ ਦਿਨ ਉਹਦੇ 'ਚੋਂ ਬੁਰਾਈ ਛੀਨ ਕੇ ਅਤੇ ਉਹਦੇ ਅੰਦਰ ਅੱਛਾਈ ਡਾਲਨੀ ਹੈ ਜਿਹੜੀ ਮੁਹੰਮਦ ਮੁਸਤਫਾ ਨੇ ਕੀਤੀ ਉਹਨੂੰ ਸਿੱਧੇ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕਰਨੀ ਮਗਰ ਕਿਤਨੇ ਬੈਠੇ ਹੋ ਮੈਨੂੰ ਜ਼ਰਾ ਸੋਚ ਕੇ ਜਵਾਬ ਦੇਵੋ ਕਿੰਨੇ ਮੁਸਲਮਾਨ ਭਰਾ ਬੈਠੇ ਜ਼ਰਾ ਇਮਾਨ ਨਾਲ ਦੱਸੋ ਇੰਨੇ ਨਬੀ ਦੇ ਨੌਕਰ ਬੈਠੇ ਹੋ ਸਾਡੇ ਮੁਸਲਮਾਨ ਭਰਾ ਜਿਹਦੇ ਕੋਲ ਇੱਕ ਗਲਤੀ ਹੋ ਜਾਵੇ ਉਹਨੂੰ ਆਉਂਦੇ ਨੇ ਬਸ ਅੱਜ ਤੋਂ ਬਾਅਦ ਤੇਰਾ ਮੇਰਾ ਮਰਨ ਜੂਨ ਮੁੱਕਾ ਕਹਿੰਦੇ ਨੇ ਕਿ ਨਹੀਂ ਕਹਿੰਦੇ ਕਈ ਬੰਦੇ ਆਪਣੇ ਮੂੰਹੋਂ ਕਹਿੰਦੇ ਨੇ ਯਾਰ ਗਲਤੀ ਰੱਬ ਵੀ ਮਾਫ਼ ਕਰ ਦਿੰਦਾ ਤੂੰ ਮਾਫ਼ ਕਰ ਦੇ ਅਤੇ ਬੰਦੇ ਆਕੜ ਜਾਂਦੇ ਨਹੀਂ ਕਰਨੀ ਬੋਲੋ ਵੀ ਇਹ ਸ਼ਰੀਅਤ ਨੇ ਉਸ ਵਾਰ ਰਸੂਲ ਦੱਸਿਆ ਇਹ ਨਹੀਂ ਦੱਸਿਆ ਸੁਣਿਆ ਜ਼ਰਾ ਧਿਆਨ ਨਾਲ ਮੈਂ ਗੱਲ ਸਮਝਾਉਣੀ ਜਿੱਥੇ ਵਜੂਦ ਨਾਲ ਨਫ਼ਰਤ ਨਹੀਂ ਕਰਨੀ ਹੁਣ ਮੌਲਵੀਆਂ ਦੇ ਵਿੱਚ ਇੱਕ ਕੰਮ ਚੱਲਿਆ
ਇੱਕ ਮੌਲਵੀ ਨੇ ਗਲਤ ਮਸਲਾ ਕੀਤਾ ਨਾ, ਅਤੇ ਮੁੰਡਿਆਂ ਨੂੰ ਆਖਣਗੇ ਇਹਦੇ ਕੱਪੜੇ ਵੀ ਪੁਣੋ, ਇਹਦੀ ਮਾਂ ਵੀ ਪੁਣੋ, ਇਹਦਾ ਪਿਓ ਵੀ ਪੁਣੋ, ਇਹਦੀ ਬਰਾਦਰੀ ਵੀ ਪੁਣੋ, ਇਹਦਾ ਭਰਾ ਵੀ ਪੁਣੋ, ਜਿਹੜੇ ਇਹਦੇ ਨਾਲ ਪੈਂਦੇ ਉਹਨਾਂ ਨੂੰ ਵੀ ਪੁਣੋ। ਬੋਲੋ, ਉਹ ਚੱਲਿਆ ਕਿ ਨਹੀਂ ਚੱਲਿਆ? ਬੋਲ ਚੱਲਿਆ। ਤੂੰ ਮਿੰਬਰ 'ਤੇ ਬਹਿ ਕੇ ਅਤੇ ਲੋਕਾਂ ਨੂੰ ਇਹ ਤਲੀਮ ਦੇ ਰਿਹਾ, ਲੱਗਦਾ ਤੂੰ ਖੁਦ ਹਨੇਰੇ ਵਿੱਚ ਏ। ਤੇਰੇ ਨਬੀ ਨੇ ਤਾਂ ਆਪਣੀ ਮਸਜਿਦ 'ਚ ਪਿਸ਼ਾਬ ਕਰਨ ਵਾਲੇ ਨੂੰ ਵੀ ਕਿਹਾ, ਬੇਟਾ ਤੇਰੇ ਇਸ ਕੰਮ ਨਾਲ ਹੀ ਨਫ਼ਰਤ ਹੈ, ਤੇਰੇ ਵਜੂਦ ਨਾਲ ਨਫ਼ਰਤ ਨਹੀਂ ਕੀਤੀ। ਅੱਜ ਤੁਸੀਂ ਵਾਅਦਾ ਮੇਰੇ ਨਾਲ ਕਰੋ, ਤੁਹਾਨੂੰ ਕਿਸੇ ਮੌਲਵੀ ਦੇ ਮਸਲੇ ਨਾਲ ਇਖਤਲਾਫ ਹੈ, ਮਗਰ ਉਹਦੇ ਸੂਟ ਨਾਲ ਇਖਤਲਾਫ ਨਹੀਂ ਹੋਏਗਾ, ਉਹਦੀ ਸੂਰਤ ਨਾਲ, ਉਹਦੇ ਨੱਕ ਨਾਲ, ਉਹਦੇ ਕੰਨ ਨਾਲ, ਉਹਦੀ ਆਵਾਜ਼ ਨਾਲ। ਕਈਆਂ ਬੰਦਿਆਂ ਨਫ਼ਰਤ ਹੋ ਜਾਏ ਨਾ ਇੱਕ ਗੱਲ ਤੋਂ, ਰੱਖਣਗੇ ਇਹਦੇ ਕੰਨ ਵੇਖ, ਇਹਦਾ ਨੱਕ ਵੇਖ, ਇਹਦਾ ਇਹਦਾ ਮੂੰਹ ਵੇਖ। ਚੱਲਿਆ, ਤੂੰ ਬੰਦੇ ਨੂੰ ਨਹੀਂ ਕਹਿ ਰਿਹਾ, ਜਿਹਨੇ ਬਣਾਇਆ ਉਹਨੂੰ ਕਹਿ ਰਿਹਾ। ਬੋਲੋ, ਚਿਹਰਾ ਕਿਹਨੇ ਬਣਾਇਆ? ਹੱਥ ਖੜੇ ਕਰਕੇ ਬੋਲੋ। ਜਿਹੜਾ ਅੱਲਾ ਦੀ ਤਖਲੀਕ 'ਤੇ ਇੰਜ ਦੀਆਂ ਗੱਲਾਂ ਕਰੇ ਮੇਰੇ ਬਾਈਓ, ਉਹ ਕਿਹੜੇ ਜਹਾਨ ਬਖਸ਼ਿਆ ਜਾਏ? ਅਸੀਂ ਆਪਣਾ ਕਿਰਦਾਰ ਨਹੀਂ ਸਿੱਧਾ ਕਰਦੇ?